ਜੇਕਰ ਕੈਪਟਨ ਸਰਕਾਰ ਨੇ ਸਾਡਾ ਕਰਜ਼ਾ ਮਾਫ ਨਹੀਂ ਕਰਨਾ ਤਾਂ ਸਾਨੂੰ ਜ਼ਹਿਰ ਦੇ ਕੇ ਮਾਰ ਦੇਵੇ। ਇਹ ਕਹਿਣਾ ਹੈ ਕੈਪਟਨ ਸਰਕਾਰ ਦੇ ਲਾਰਿਆਂ ਤੋਂ ਦੁਖੀ ਹੋਏ ਪੀੜਿਤ ਕਿਸਾਨ ਪਰਿਵਾਰਾਂ ਦਾ। ਦਰਅਸਲ ਤਰਨਤਾਰਨ ਦੇ ਪਿੰਡ ਚੰਬਾ ਕਲਾਂ ਵਿੱਚ ਪੀੜਿਤ ਕਿਸਾਨ ਕੁਲਵੰਤ ਸਿੰਘ ਨੇ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਕੈਪਟਨ ਸਰਕਾਰ ਨੂੰ ਕਰਜ਼ਾ ਮਾਫ ਕਰਨ ਲਈ ਗੁਹਾਰ ਲਗਾਈ ਹੈ। ਕਰਜ਼ਾ ਮਾਫੀ ਦੀ ਲਿਸਟ ਸਾਡੇ ਵੀ ਪਿੰਡ ਦੇ ਵਿੱਚ ਸਮਾਨ ਸਾਹਿਬ ਕੋਲ ਵੀ ਆਈ ਸੀ ਤੇ ਬੈਂਕ ਦੇ ਕੋਲ ਵੀ ਲਿਸਟ ਆਈ ਆ ਤੇ ਇੱਕ ਸਾਲ ਹੋ ਗਿਆ ਮਾਫੀ ਆਈ ਨੂੰ ਤੇ ਪਰ ਮਾਫੀ ਮਿਲ ਨਹੀਂ ਰਹੀ। ਐਸ ਡੀ ਐਮ ਸਾਹਿਬ ਨੂੰ ਵੀ ਇਹ ਮੈਂ 3 ਵਾਰ ਮਿਲ ਚੁੱਕਾ ਵਾਂ ਤੇ ਐਸ ਡੀ ਐਮ ਸਾਹਿਬ ਨੇ ਆਪਣੀ ਮਾਰਕ ਕੀਤੀ ਆ ਕਾਨੂੰਗੋ ਸਾਹਿਬ ਤਹਿਸੀਲਦਾਰ ਚੋਹਲਾ ਸਾਹਿਬ ਨੂੰ ਤੇ ਫਿਰ ਮੈਂ ਬੈਂਕ ਵੀ ਗਿਆ ਵਾਂ ਨਾ ਬੈਂਕ ਦੀ ਲਿਸਟ ਮੰਗੀ ਵੀ ਬੈਂਕ ਤੋਂ ਲਿਖਾ ਕੇ ਲਿਆਓ ਕਿੰਨਾ ਕਰਜ਼ਾ ਵਾ ਤੇ ਇਸ ਤਰ੍ਹਾਂ ਮੈਂ ਕਾਫੀ ਖੱਜਾ ਖਰਾਬ ਹੋਇਆ ਵਾਂ ਪਰ ਅਜੇ ਤੱਕ ਮਾਫੀ ਨਹੀਂ ਮਿਲੀ ਸਾਨੂੰ। ਕਰਜ਼ਾ ਉਸ ਤਰ੍ਹਾਂ ਮਾਫ਼ ਹੋਇਆ ਤੁਹਾਡਾ ਸਰਕਾਰ ਵੱਲੋਂ ਮਾਫ਼ ਹੋ ਗਿਆ ਹੈ? ਹਾਂਜੀ ਲਿਸਟ ਮੈਂ ਆਪ ਵੇਖੀ ਲਿਆ ਸਾਡੇ ਪਿੰਡ ਦੇ ਵਿੱਚ ਲੱਗੀ ਆ ਅਤੇ ਬੈਂਕ ਦੇ ਕੋਲ ਵੀ ਸਾਡੇ ਲਿਸਟ ਵਿੱਚ ਨਾਮ ਆਏ 2-2 ਲੱਖ ਰੁਪਈਏ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਉਦੋਂ, ਪਰ ਹੁਣ ਲਿਸਟ ਦੇ ਨਹੀਂ ਰਹੀ ਸਰਕਾਰ। ਕੈਪਟਨ ਸਰਕਾਰ ਨੇ ਤਾਂ ਘਰ ਘਰ ਜਿਹੜਾ ਇਹ ਦੱਸਿਆ ਆਖਿਆ ਸੀਗਾ ਕਿ ਜਿਹੜਾ ਮਾਫ਼ ਜਿਹੜੇ ਕੀਤੇ ਜਾਣਗੇ ਕਿਸਾਨਾਂ। ਹਾਂ ਕੈਪਟਨ ਸਾਹਿਬ ਨੇ ਜਦੋਂ ਵੀ ਵੋਟਾਂ ਵੇਲੇ ਇਹਨਾਂ ਨੇ ਰਸੀਦਾਂ ਦਿੱਤੀਆਂ ਕੱਟ ਕੇ ਘਰ ਘਰ ਵੀ ਤੁਹਾਡਾ ਕਰਜ਼ਾ ਮਾਫ਼ੀ ਪੈਲ ਦੀ ਕੁਰਕੀ ਖਤਮ ਹੋ ਜੂਗੀ, ਪਰ ਸਾਨੂੰ ਤਾਂ ਲੱਗ ਨਹੀਂ ਰਿਹਾ ਵੀ ਸਾਡਾ ਕਰਜ਼ਾ ਲਿਸਟ ਦੇ ਨਾਂ ਵਿੱਚ ਆ ਗਿਆ, ਪਰ ਮਾਫ਼ੀ ਮਿਲ ਸਾਨੂੰ ਨਹੀਂ ਲੱਗ ਰਿਹਾ ਵੀ ਮਾਫ਼ੀ ਸਾਨੂੰ ਮਿਲ ਜੂਗੀ। ਹਾਂ ਕਰਜ਼ੇ ਦੀ ਸਾਡੀ ਮਾਫ਼ੀ ਵੀ ਆ ਗਈ, ਲਿਸਟ 'ਚ ਨਾਂ ਵੀ ਆ ਗਿਆ ਵਾ, ਪਰ ਬੈਂਕ ਸਾਡਾ ਕਰਜ਼ਾ ਜਿਹੜਾ ਉਹ ਮਾਫ਼ ਨਹੀਂ ਕਰ ਰਹੀ। ਕੀ ਮੰਗ ਕਰਦੇ ਤੁਸੀਂ? ਅਸੀਂ ਤਾਂ ਇਹੋ ਕੈਪਟਨ ਸਰਕਾਰ ਤੋਂ ਮੰਗ ਕਰਦੇ ਜਿਹੜੇ ਤੁਸੀਂ ਵਾਅਦੇ ਕੀਤੇ ਆ ਅਤੇ ਵਾਅਦਿਆਂ ਨੂੰ ਪੂਰਾ ਕਰੋ ਅਤੇ ਜੋ ਕਿਸਾਨ ਆ ਜਿਹੜਾ ਵੀ ਖੁਦਕੁਸ਼ੀਆਂ ਤੋਂ ਬਚ ਸਕੇ। ਜਿਹੜੇ ਕੈਪਟਨ ਸਰਕਾਰ ਨੇ ਵਾਅਦੇ ਕੀਤੇ ਸੀ ਕਿਸਾਨਾਂ ਨਾਲ, ਘੱਟ ਜ਼ਮੀਨਾਂ ਵਾਲਿਆਂ ਨਾਲ ਵੀ ਜਿਹੜੇ ਵਾਅਦੇ ਕੀਤੇ ਸੀ ਵੀ ਮੈਂ ਕਰਜ਼ਾ ਮਾਫ਼ ਕਰੂੰਗਾ, ਜ਼ਮੀਨ ਕੁਰਕੀ ਜਿਹੜੀ ਉਹ ਖਤਮ ਹੋ ਜੂਗੀ, ਪਰ ਕੈਪਟਨ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਰਹੀ ਆ ਅਤੇ ਸਾਡੀ ਲਿਸਟ ਵਿੱਚ ਨਾਮ ਹੀ ਆਇਆ ਵਾ ਅਤੇ ਪਰ ਸਾਡਾ ਕਰਜ਼ਾ ਮਾਫ਼ ਹੋ ਨਹੀਂ ਰਿਹਾ ਅਤੇ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਾ। ਅਤੇ ਕੈਪਟਨ ਸਰਕਾਰ ਤੋਂ ਇਹੋ ਮੰਗ ਕਰਦੇ ਹਾਂ ਵੀ ਜੋ ਤੁਸੀਂ ਵਾਅਦੇ ਕੀਤੇ ਉਹ ਵਾਅਦੇ ਪੂਰੇ ਕਰੋ, ਜੋ ਸਾਡਾ ਲਿਸਟ 'ਚ ਨਾ ਆਇਆ ਵਾ 2-2 ਲੱਖ ਦੀ ਮਾਫ਼ੀ ਆਈ ਆ ਉਹ ਮਾਫ਼ ਸਾਡਾ ਕਰਜ਼ਾ ਕੀਤਾ ਜਾਵੇ। ਕੀ ਨਾਮ ਹੈ ਤੁਹਾਡਾ? ਜਸਵੀਰ ਕੌਰ। ਕੀ ਗੱਲ ਹੋਈ ਹੈ ਜਿਹੜਾ ਕਰਜ਼ਾ ਮਾਫ਼ੀ ਦੀ? ਇਹ ਵੀਰੇ ਇਹਨਾਂ ਨੇ ਸਾਨੂੰ, ਅਸੀਂ ਵੀ ਕਰਜ਼ਾ ਲਿਆ ਸੀ 2 ਲੱਖ ਰੁਪਈਆ ਯੂਕੋ ਬੈਂਕ ਤੋਂ, ਅਤੇ ਕੈਪਟਨ ਸਰਕਾਰ ਨੇ ਕਿਹਾ ਵੀ ਤੁਹਾਡਾ ਮਾਫ਼ ਕਰ ਦੇਵਾਂਗੇ, ਵੀ ਸਾਰਿਆਂ ਦੇ ਘਰ ਘਰ ਚਿੱਠੀਆਂ ਵੀ ਸਾਡੇ ਘਰ ਚਿੱਠੀਆਂ ਵੀ ਆ ਗਈਆਂ, ਸਾਡੇ ਪਿੰਡ ਦੇ ਵਿੱਚ ਵੀ ਉਹ ਲੱਗ ਗਿਆ ਲੋਟ ਆਣ ਕੇ ਕਿ ਕਰਜ਼ਾ ਮਾਫ਼ ਹੋ ਗਿਆ ਤੁਹਾਡਾ। ਹਾਂ ਵੀ ਕਰਜ਼ਾ ਮਾਫ਼ ਹੋ ਗਿਆ ਅਤੇ ਕੋਈ ਗੱਲਬਾਤ ਨਹੀਂ, ਸਾਡੇ ਘਰ ਆਣ ਕੇ ਰੋਜ਼ ਦਿਹਾੜੀ ਆਣ ਕੇ ਅਤੇ ਸਾਨੂੰ ਪਰੇਸ਼ਾਨ ਕਰਦੇ, ਬਹੁਤ ਵੱਧ ਘੱਟ ਬੋਲਦੇ ਆ, ਅਤੇ ਜੇ ਇਹਨਾਂ ਨੇ ਨਹੀਂ ਸੀ ਸਾਡਾ ਕਰਜ਼ਾ ਵੀ ਮਾਫ਼ ਕਰਨਾ ਅਤੇ ਇਹਨਾਂ ਨੇ ਝੂਠੇ ਵਾਅਦੇ ਕਿਉਂ ਕੀਤੇ? ਚਾਹੇ ਫਿਰ ਉਹਨਾਂ ਵਾਅਦਿਆਂ ਦੇ ਉੱਤੇ ਇਹ ਮੁੱਕ ਆਉਣ, ਅਤੇ ਜੇ ਇਹਨਾਂ ਨੇ ਨਹੀਂ ਇਹ ਕੰਮ ਕਰਨਾ ਵੀ ਨਹੀਂ ਸਾਡਾ ਕਰਜ਼ਾ ਮਾਫ਼ ਇਹਨਾਂ ਨੇ ਕਰਨਾ ਨਹੀਂ ਸੀ, ਅਤੇ ਫਿਰ ਆਣ ਕੇ ਤਾਂ ਸਾਨੂੰ ਜ਼ਹਿਰ ਦੇ ਕੇ ਮਾਰ ਦੇਣਾ। ਕੀ ਮੰਗ ਕਰਦੇ ਤੁਸੀਂ? ਅਸੀਂ ਇਹੋ ਮੰਗ ਕਰਦੇ ਹਾਂ ਵੀ ਸਾਡਾ ਕਰਜ਼ਾ ਜਿਹੜਾ ਮਾਫ਼ ਹੋਣਾ ਚਾਹੀਦਾ। ਕਾਬਿਲੇ ਗੌਰ ਹੈ ਕਿ ਪੀੜਿਤ ਪਰਿਵਾਰ ਦਾ ਭਾਵੇਂ ਕਿ ਸਰਕਾਰ ਵੱਲੋਂ ਕਰਜ਼ਾ ਮਾਫ਼ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਇਸਦੇ ਬਾਵਜੂਦ ਵੀ ਬੈਂਕ ਮੁਲਾਜ਼ਮਾਂ ਵੱਲੋਂ ਉਹਨਾਂ ਦਾ ਕਰਜ਼ਾ ਮਾਫ਼ ਨਹੀਂ ਕੀਤਾ ਜਾ ਰਿਹਾ। ਮਸਲਾ ਜੀ, ਇਹਨਾਂ ਦੀਆਂ ਲਿਸਟਾਂ ਦੇ ਵਿੱਚ ਕਰਜ਼ੇ ਮਾਫ਼ੀ ਦੀ ਲਿਸਟ ਲੱਗੀ ਹੋਈ ਆ, ਪਿੰਡ ਵੀ ਲੱਗੀ ਆ, ਬੈਂਕ 'ਚ ਵੀ ਲੱਗੀ ਆ, ਉਹਦੇ ਬਾਵਜੂਦ ਵੀ ਮੈਨੇਜਰ ਸਾਹਿਬ ਆ ਕੇ ਇੱਥੇ ਪੁੱਠੀਆਂ ਸਿੱਧੀਆਂ ਧਮਕੀਆਂ ਦਿੰਦਾ। ਅਸੀਂ ਇਸ ਪਰਿਵਾਰ ਨੂੰ ਵਿਸ਼ਵਾਸ ਦਿਵਾਉਣੇ ਵੀ ਅਸੀਂ ਇਹਨਾਂ ਦੀ ਜਥੇਬੰਦੀ ਨਾਲ ਖੜੀ ਆ, ਕੱਲ੍ਹ ਨੂੰ ਸਾਨੂੰ ਕੋਈ ਧਰਨੇ ਦੇ ਮਜਬੂਰ ਹੋਣਾ ਪਿਆ ਅਤੇ ਅਸੀਂ ਇਹਨਾਂ ਦੇ ਨਾਲ ਖੜੇ ਮੋਢੇ ਦਾ ਮੋਢਾ ਜੋੜ ਕੇ। ਕਿੰਨਾ ਕੋਈ ਹੈ ਆਈਡੀਆ ਕਿੰਨਾ ਕਰਜ਼ਾ ਸੀ ਜਿਹਦੀ ਲਿਸਟ ਮਾਫ਼ੀ ਆਈ ਹੈ? ਇਹ 2-2 ਲੱਖ ਰੁਪਈਆ ਜੀ। ਹਾਂਜੀ, ਇਹਨਾਂ ਇਹ ਪਰਿਵਾਰ ਦੇ ਜੀ ਹਾਂ। ਮਾਫ਼ੀ ਹੋਣ ਤੋਂ ਬਾਅਦ ਵੀ ਬੈਂਕ ਨਹੀਂ ਮਾਫ਼ੀ ਦੇ? ਨਹੀਂ ਜੀ, ਉਹ ਇਹਨਾਂ ਨੂੰ ਪਰੇਸ਼ਾਨ ਕਰ ਰਹੇ ਆ। ਦੱਸ ਦਈਏ ਕਿ ਪਰਿਵਾਰ ਵੱਲੋਂ ਬੈਂਕ ਮੁਲਾਜ਼ਮਾਂ ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਉਹਨਾਂ ਦਾ ਕੋਈ ਕਰਜ਼ਾ ਮਾਫ਼ ਹੋਇਆ। ਪੀੜਿਤ ਪਰਿਵਾਰ ਨੇ ਕੈਪਟਨ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਜਾਂ ਤਾਂ ਉਹਨਾਂ ਦਾ ਕਰਜ਼ ਮਾਫ਼ ਕੀਤਾ ਜਾਵੇ, ਨਹੀਂ ਤਾਂ ਕੈਪਟਨ ਸਰਕਾਰ ਉਹਨਾਂ ਨੂੰ ਜ਼ਹਿਰ ਦੇ ਕੇ ਮਾਰ ਦੇਵੇ। ਸਪੋਕਸਮੈਨ ਟੀਵੀ ਲਈ ਤਰਨ ਤਾਰਨ ਤੋਂ ਦਿਲਬਾਗ ਸਿੰਘ ਦੀ ਰਿਪੋਰਟ।